ਕਿੱਥੋਂ ਦੇ ਰਹਿਣ ਵਾਲੇ ਜੀ? ਟਿੰਗ ਨੰਗਲ ਦੇ। ਕੀ ਮਾਮਲਾ? ਮਾਮਲਾ ਕੋਈ ਨਹੀਂ ਜੀ, ਕੁੜੀਆਂ ਦੋ ਦਵਾਈ ਲੈ ਕੇ ਨਿਕਲੀਆਂ, ਸਾਡੇ ਪਿੰਡ ਡਾਕਟਰ ਆ ਅਤੇ ਇਹ ਰਾਹ 'ਚ ਖਲੋਤੇ ਆ, ਇਹ ਉਹ ਸਕੂਟਰੀ ਉਹਨਾਂ ਦੀ ਖੋਣ ਪੈ ਗਏ ਆ। ਕੌਣ ਜੀ? ਇਹ ਜਸਮੀਤ ਜਿੰਦੇ ਦਾ ਮੁੰਡਾ। ਸਕੂਟਰੀ ਇਹਨੇ ਸਾਡੇ ਬੰਦੇ ਨੇ ਇਹਨਾਂ ਨੂੰ ਰੋਕਿਆ ਵੀ ਨਾ ਕਰੋ ਇਹ ਕੰਮ, ਇਹ ਵੀ ਰਾਹ ਜਾਣ ਡਿਆ ਸੀ ਅਤੇ ਉਹਨਾਂ ਮਤਲਬ ਆਖਿਆ ਵੀ ਅਸੀਂ ਇਹ ਕਰਨਾ ਕੰਮ, ਉਹਨਾਂ ਉੱਧਰੋਂ ਦੇ ਹਟੇ ਨਹੀਂ ਅਤੇ ਇਹਦੇ ਦੁਆਲੇ ਹੋ ਗਏ। ਇਹਨੂੰ ਇਹਨਾਂ ਨੇ ਇੱਕ ਜਣੇ ਫੜ ਲਿਆ ਅਤੇ ਇੱਕ ਜਣੇ ਨੇ ਉਹ ਗੋਲੀਆਂ ਮਾਰਤੀਆਂ। ਜਿਹੜੇ ਬੰਦੇ ਨੇ ਹਟਾਉਣ ਦੀ ਕੋਸ਼ਿਸ਼ ਕੀਤੀ ਉਹਦਾ ਕੀ ਨਾਮ ਸੀ ਜੀ? ਨਾਮ ਕੀ ਸੀ ਬੰਦੇ ਦਾ ਜਿਸਨੇ ਹਟਾਉਣ ਦੀ ਕੋਸ਼ਿਸ਼ ਕੀਤੀ? ਜਿਹਨੇ ਕੁੜੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਕੀ ਨਾਮ? ਇਹਦਾ ਨਾਮ ਹੈਗਾ ਜੀ ਹਰਜਿੰਦਰ ਸਿੰਘ ਪੱਪੂ। ਜੀ ਉਮਰ ਕਿੰਨੀ ਸੀ? ਉਮਰ ਇਹਦੀ ਹੈ 50-55 ਸਾਲ। ਵਿਆਹ ਬੱਚੇ ਆ, ਉਹ ਵੀ ਆਪਣੇ ਪਿੰਡ ਦੇ ਆ ਬੰਦੇ ਇਹਨਾਂ ਮਾਰਿਆ। ਅਤੇ ਜਿਨ੍ਹਾਂ ਨੇ ਗੋਲੀ ਚਲਾਈ ਉਹ ਵੀ ਆਪਣੇ ਪਿੰਡ ਦੇ ਆ। ਕੁੜੀਆਂ ਜਿਹੜੀਆਂ ਉਹ ਭੈਣੀ ਲੱਦੜ ਦੀਆਂ ਸੀ। ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹਨਾਂ ਦਾ ਕੀ ਨਾਮ ਸੀ? ਉਹਨਾਂ ਦਾ ਨਾਮ ਹਰਜਿੰਦਰ ਸਿੰਘ ਇੱਕ, ਅਤੇ ਇੱਕ ਹਰਜਿੰਦਰ ਸਿੰਘ ਦਾ ਮੁੰਡਾ ਜਸਮੀਤ। ਤੁਹਾਡੇ ਵੱਲੋਂ ਕੋਈ ਪੁਲਿਸ ਕਾਰਵਾਈ ਕੀਤੀ ਗਈ? ਕੋਈ ਪਰਚਾ ਵਗੈਰਾ ਦਰਜ ਕਰਾਇਆ ਗਿਆ? ਹਾਂਜੀ। ਪੁਲਿਸ ਕੰਪਲੇਂਟ ਕੀਤੀ ਗਈ ਤੁਹਾਡੇ ਵੱਲੋਂ ਕੋਈ? ਪੁਲਿਸ ਜੇ ਚੁੱਕਣ ਡਏ ਉਦੋਂ ਪੁਲਿਸ ਉੱਥੇ ਚੱਲ ਗਈ। ਕੰਪਲੇਂਟ ਕਿਤੇ ਲਾਗ ਦੇ ਪਿੰਡ ਆਇਆ ਤਾਂ ਉੱਥੇ ਪਤਾ ਲੱਗ ਗਿਆ ਵੀ ਉੱਥੇ ਮੌਤ ਹੋ ਗਈ ਬੰਦੇ ਦੀ, ਅਤੇ ਪੁਲਿਸ ਉਹ ਸਾਡੇ ਚੁੱਕਦਿਆਂ ਹੀ ਆ ਗਈ। ਪਾਪਾ ਜੀ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਜੀ? ਹਾਂਜੀ ਮੰਗ ਕੀ ਕਰਦੇ ਜੀ? ਅਸੀਂ ਮੰਗ ਕਰਦੇ ਹਾਂ ਵੀ ਇਨਸਾਫ਼ ਹੋਣਾ ਚਾਹੀਦਾ, ਇਹਨਾਂ ਬੰਦਿਆਂ ਨੂੰ ਸਜ਼ਾ ਹੋਣੀ ਚਾਹੀਦੀ ਹੈ। ਕੇਅਰ ਕੀਤਾ ਵਾ ਨਿੱਕੇ ਨਿੱਕੇ ਬੱਚੇ ਸੀ, ਆਪਣੇ ਵਿਚਾਰਾ ਬੱਚੇ ਆਪਣ ਡਿਆ ਗਰੀਬ ਬੰਦਾ। ਮੇਰਾ ਨਾਮ ਭੁਪਿੰਦਰ ਸਿੰਘ, ਮੈਂ ਪਿੰਡ ਢਿੰਗ ਨੰਗਲ ਦਾ ਰਹਿਣ। ਮਾਮਲਾ ਸਾਡੇ ਪਿੰਡ ਕੁੜੀਆਂ ਦੋ ਦਵਾਈ ਲੈ ਕੇ ਨਿਕਲੀਆਂ ਸੀ, ਅਤੇ ਮੈਂ ਕੰਮ ਤੋਂ ਆਉਂਦਾ ਪਿਆ ਅਤੇ ਇਹਨਾਂ ਕੋਸ਼ਿਸ਼ ਕੀਤੀ, ਐਕਟਿਵਾ ਖੁੱਲ੍ਹਦੇ ਪਏ ਸੀ ਕੁੜੀ, ਅਤੇ ਚਾਚੇ ਨੇ ਹਟਾਉਣ ਦੀ ਕੋਸ਼ਿਸ਼ ਕੀਤੀ ਅਤੇ ਇਹਨਾਂ ਨੂੰ ਇੰਨਾ ਫਾਇਰ ਕਰਤੇ ਅਤੇ ਚਾਚੇ 'ਤੇ ਗੋਲੀ ਮਾਰ ਗਈ ਦਿਲ 'ਤੇ। ਗੋਲੀ ਇੱਕ ਤਾਂ ਦਿਲ 'ਤੇ ਆ ਅਤੇ ਬਾਕੀ ਇੱਕ ਲੱਤੇ। ਉਹ ਪਿੰਡ ਭੈਣੀ ਰਜਰਾਂ ਦੀਆਂ ਰਹਿਣ ਵਾਲੀਆਂ। ਨਹੀਂ ਨਹੀਂ ਕੋਈ ਝਗੜਾ ਪੁਰਾਣਾ ਨਹੀਂ, ਉਹ ਸਾਡੇ ਪਿੰਡ ਢਿੰਗ ਨੰਗਲ ਦੇ ਰਹਿਣ ਵਾਲੇ ਜਸਮੀਤ ਸਿੰਘ ਅਤੇ ਹਰਜਿੰਦਰ ਸਿੰਘ। ਨਹੀਂ ਕੋਈ ਪੁਰਾਣਾ ਝਗੜਾ ਕੋਈ ਨਹੀਂ, ਨਾ ਨਾ ਕੋਈ ਇਹੋ ਜਿਹਾ। ਪੁਲਿਸ ਆ ਗਈ, ਪੁਲਿਸ ਨੇ ਪਰਚਾ ਦਰਜ ਕੀਤਾ ਹੋਇਆ ਅਤੇ ਛਾਪੇਮਾਰੀ ਕਰਦੀ ਪਈ ਆ। ਨਹੀਂ ਕੋਈ ਨਹੀਂ, ਉਹਨਾਂ ਦਾ ਮੰਗ ਇਨਸਾਫ਼ ਦੀ ਕਰਦੇ ਹਾਂ। ਕਦੇ ਕੇਸ ਦਾ? ਕਤਲ ਦੇ ਕੇਸ ਦਾ। ਅਤੇ ਇਨਸਾਫ਼ ਮਿਲੂਗਾ ਜੀ? ਮਿਲੂਗਾ ਜੀ, ਮਿਲੂਗਾ। ਠੀਕ ਹੈ ਜੀ।